नमस्कार व्यूवर्स आज मैं चंबा से 20 किलोमीटर दूर भनोता गांव से नीचे घड़ोटी नामक गांव में हूं आइए पूछते हैं यहां के एक व्यक्ति से यहां के रहन सहन के बारे में और यहां के मुख्य व्यवसाय के बारे में भाई नमस्ते नमस्ते क्या नाम है भाई तू सर मेरा नाम लबू है अच्छा ये कौन ग्रह है एक घड़ोटी का ग्रह है सर अच्छा हाँ जी तो सारे घर इतने न हाँ जी ਅੱਛਾ ਤੁਸੀਂ ਕੀ ਕੰਮ ਕਰਦੇ ਮੈਂ ਸਰ ਖੇਤੀਬਾੜੀ ਕਰਦਾ ਹਾਂ ਅੱਛਾ ਹਾਂਜੀ ਤੁਸੀਂ ਕਿੰਨੀ ਪੜ੍ਹੇ ਰਹੇ ਮੈਂ ਪਲੱਸ 2 ਪਾਸ ਹੈ ਸਰ ਅੱਛਾ ਹਾਂਜੀ ਤੇ ਕੁਦੇਰੀ ਖੇਤੀ ਕਰਦੇ ਜੀ ਮਤਲਬ ਤੁਸੀਂ ਗੇਹੂੰ ਗੇਹੂੰ ਗੰਨਾ ਆਲੂ ਵਗੈਰਾ ਧਾਨ ਵਗੈਰਾ ਸਭ ਕੁਝ ਲਗਾਉਂਦੇ ਅੱਛਾ ਹਾਂਜੀ ਅੱਛਾ ਲਬੂ ਇਹ ਜਿਹੜੀ ਕਸ਼ਤੀ ਲਿਬਦੀ ਹੈ ਬਈ ਪਾਣੀ ਵਿੱਚ ਚਲੇ ਕਰਦੀ ਹੈ ਇਹ ਇੱਤੇ ਗੜੋਟੀ ਗਰਾਂ ਰਹੀ ਹੈ ਹਾਂਜੀ ਸਰ ਹਮਾਰੇ ਪਰਿਵਾਰ ਵਿੱਚ ਵੀ ਹੈ ਅੱਛਾ ਤੁਸਾਂ ਦੇ ਪਰਿਵਾਰ ਦੀ ਹੈ ਹਾਂਜੀ ਅੱਛਾ ਇਹ ਇਹ ਆ ਤੁਸਾਂ ਦਾ ਗੜੋਟੀ ਗਰਾਂ ਤੇ ਇਸੇ ਗਰਾਂ ਦੀ ਇਹ ਕਸ਼ਤੀ ਹੈ ਹਾਂਜੀ ਤੁਸ ਤੁਸੀਂ ਬੋਲਦੇ ਕਿ ਤੁਸਾਂ ਦੇ ਹੀ ਪਰਿਵਾਰ ਦੀ ਕਸ਼ਤੀ ਹੈ ਤੇ ਇਹ ਕੀ ਮਤਲਬ ਕਸ਼ਤੀ ਦਾ ਕੰਮ ਕਿਆ 12 ਮਹੀਨੇ ਚੱਲਦਾ ਕਿਆ ਬਿਲਕੁਲ ਸਰ 12 ਮਹੀਨੇ ਚੱਲਦਾ ਪਰ ਗਰਮੀਆਂ ਟਾਈਮ ਵਿੱਚ ਥੋੜਾ ਜ਼ਿਆਦਾ ਹੁੰਦਾ ਸਰਦੀਆਂ ਵਿੱਚ ਥੋੜਾ ਘੱਟ ਹੁੰਦਾ ਅੱਛਾ ਤੇ ਗਰਮੀ ਵਿੱਚ ਕੀ ਮਤਲਬ ਟੂਰਿਸਟ ਵਗੈਰਾ ਆਉਂਦੇ ਇਸ ਵਾਸਤੇ ਹਾਂਜੀ ਗਰਮੀ ਵਿੱਚ ਸਰ ਟੂਰਿਸਟ ਜ਼ਿਆਦਾ ਹੋ ਜਾਂਦਾ ਉਸ ਵਜ੍ਹਾ ਕਰਕੇ ਕੰਮ ਜ਼ਿਆਦਾ ਚੱਲੀ ਜਾਂਦਾ ਅੱਛਾ ਸਰਦੀਆਂ ਵਿੱਚ ਜ਼ਿਆਦਾ ਥੋੜਾ ਲੋਕਲੀ ਪਬਲਿਕ ਹੁੰਦੀ ਬਾਕੀ ਟੂਰਿਸਟ ਇਤਨਾ ਖਾਸ ਨਹੀਂ ਹੁੰਦਾ ਅੱਛਾ ਸਰਦੀਆਂ ਵਿੱਚ ਫਿਰ ਤੁਸੀਂ ਇਹਨਾਂ ਜੋ ਕੀ ਕਰਦੇ ਬੰਨੀ ਰੱਖਦੇ ਜੀ ਹਾਂ ਕਸ਼ਤੀਆਂ ਜੋ ਮਾੜਾ ਮੋਟਾ ਚਲਾਉਂਦੇ ਕੋਈ ਆਇਆ ਔਰ ਪਾਰ ਆਣੇ ਜਾਣੇ ਵਾਲਾ ਆਇਆ ਚਲਦੇ ਕਦੀ ਘਾਹ ਜੀ ਚਲ ਗਏ ਗੱਤੀ ਜੰਗਲ ਜੰਗਲ ਵਿੱਚ ਚਲ ਗਏ ਅੱਛਾ ਹਾਂਜੀ ਤਾਂ ਇਹ ਜੀ ਆ ਮੁੱਖ ਵਿਵਸਾਇ ਨਹੀਂ ਹੈ ਮਤਲਬ ਕਿ ਚਲੋ ਭਈ ਟੂਰਿਸਟ ਆਇਆ ਇਸ ਟਾਈਮ ਜੀ ਆ ਉਸ ਟਾਈਪ ਦਾ ਹੈ ਕਿ ਜੀ ਆ 12 ਮਹੀਨੇ ਤੁਸੀਂ ਜੋ ਟੂਰਿਸਟ ਜੇ ਸਵਾਰੀਆਂ ਜਿਹੜੀ ਇਸੇ ਮਿਲਦੀ ਰਹਿੰਦੀ ਸਵਾਰੀ ਦੇ ਸਰ 12 ਮਹੀਨੇ ਹੁੰਦੀ ਪਰ ਇਹ ਕਿ ਟੂਰਿਸਟ ਦਾ ਕੰਮ ਜੋ ਗਰਮੀ ਚ ਜ਼ਿਆਦਾ ਚੱਲਦਾ ਅੱਛਾ ਇਹ ਸਾਹਮਣੇ ਲੋ ਬੂ ਕੌਣ ਗਰਾ ਹੈ ਜਿਹੜਾ ਸਾਹਮਣੇ ਪਾਰ ਗਰਾਣ ਲਿਪਦਾ ਹੈ ਇਹ ਸਰ ਰਾਜਨਗਰ ਕਰਕੇ ਬੋਲਦੇ ਅੱਛਾ ਰਾਜਨਗਰ ਇਹ ਸਾਹਮਣੇ ਰਾਜਨਗਰ ਹੈ ਹਾਂਜੀ ਅੱਛਾ ਰਾਜਨਗਰ ਹੈ ਔਰ ਇੱਥੇ ਕਾ ਕੇ ਇਹ ਸੜਕ ਚਲੀ ਗਈ ਫਿਰ ਇਹ ਜਿਹੜੀ ਸਾਹਮਣੇ ਪਾਰ ਸੜਕ ਲਿਪਦੀ ਇਹ ਕੁੱਤੇ ਜੋ ਗਈ ਏ ਸਰ ਚਕਲੂ ਜੈਨੀ ਚੰਡੀ ਲੜੋਗ ਜੈਨੀ ਕੋਟੀ ਮਿਲ ਗਈ ਜਾਈਕੇ ਚੰਡੀ ਲੜੋਗ ਹਾਂਜੀ ਕੋਟੀ ਹਾਂਜੀ ਚਕਲੂ ਰੋੜ ਗਿਆ ਚਕਲੂ ਰੋੜੇ ਪਰ ਉੱਥੇ ਮਿਲ ਗਈ ਹਾਂਜੀ ਅੱਛਾ ਅਚਲੋ ਉਹ ਐਸਾ ਵੀ ਹੈ ਕਦੀ ਕਿ ਜੀਆਂ ਬਈ ਇੱਕ ਕਸ਼ਤੀ ਚਲਾਣੇ ਵਿੱਚ ਕੋਈ ਐਸੀ ਜੀਆਂ ਰਿਸਕ ਵੀ ਹੁੰਦਾ ਕਦੀ ਦਿੱਕਤ ਵੀ ਹੁੰਦੀ ਕਿ ਬਈ ਡਰ ਵੀ ਲੱਗਦਾ ਤੁਸਾਂ ਜੋ ਕਿ ਯਾਰ ਕੋਥੇ ਬਈ ਜੀਆਂ ਮੰਨੀ ਲਿਓ ਜੀਆਂ ਹੋਰ ਜੀਆਂ ਹੁੰਦੇ ਕਿ ਬਈ ਯਾਰ ਕੋਥੇ ਪਲਟੀ ਨਹੀਂ ਜਾ ਐਸਾ ਕਦੀ ਨਾ ਜ਼ਰਾ ਐਸਾ ਨਹੀਂ ਬਰੇਗੀ ਹਵਾ ਉਤਫਾਨ ਤਫੂਨ ਹੋਏ ਦਾ ਉਸ ਟਾਈਮ ਥੋੜਾ ਦਿੱਕਤ ਆਂਦੀ ਅੱਛਾ ਇੰਨੇ ਤਾਂ ਹੀ ਸ਼ਾਂਤ ਮੌਸਮ ਵਿੱਚ ਕੋਈ ਦਿੱਕਤ ਨਹੀਂ ਕੋਈ ਵੀ ਆਈ ਸਕਦਾ ਜਾਈ ਸਕਦਾ ਆਰਾਮ ਕਰਨੇ ਅੱਛਾ ਇੱਕ ਗੱਲ ਹੈ ਲਭੂ ਇੱਥੇ ਕੰਨ ਜੀਆਂ ਚਾਰੋਂ ਪਾਸੇ ਜਗ੍ਹਾ ਬਹੁਤ ਜ਼ਿਆਦਾ ਖੁੱਲੀ ਆ ਹੈ ਨਾ ਵਿਊ ਬਹੁਤ ਖੂਬਸੂਰਤ ਹੈ ਔਰ ਤੁਸਾਂ ਦਾ ਜਿਹੜਾ ਗਾਂ ਹੈ ਇਹ ਅਸੀਂ ਹੀ ਬੋਲੀ ਸਕਦੇ ਕਿ ਇੱਕ ਜੀਆਂ ਕੁਦਰਤੀ ਖੂਬਸੂਰਤੀ ਦਾ ਜਿਹੜਾ ਇੱਕ जी हां जिस जो बोलदे ना कि कुदरत ने अपने हाथों से इसको संवारा है सेवा वाली चीज है ना तुसा दे ग्रां दे अच्छा ਤੁਸੀਂ ਮੇਰੇ ਜੋ ਇੱਕ ਗੱਲ ਦੱਸੋ ਕਿ ਜੀਆ ਤੁਸੀਂ ਜੀਆ ਗੜੋਟੀ گاؤں ਹੈ ਤਾਂ ਤੁਸੀਂ ਜੀਆ ਪ੍ਰਾਊਡ ਫੀਲ ਕਰਦੇ ਕਿ ਯਾਰ ਅਸੀਂ ਐਸੇ ਨੇਚਰ ਦੇ ਗ੍ਰਾਮ ਵਿੱਚ ਇਹਨ ਬਿਲਕੁਲ ਸਰ ਹਮਾਰੇ ਕਈ ਵਾਰ ਟੂਰਿਸਟ ਆਂਦੇ ਹੋ ਬੋਲਦੇ ਕਈ ਬੰਦੇ ਨੇ ਬੋਲੇ ਕਿ ਸਰ ਜਗ੍ਹਾ ਬਹੁਤ ਅੱਛੀ ਹੈ ਬਹੁਤ ਅੱਛੀ ਹੈ ਹਮਾਰੇ ਅਸੀਂ ਖੁਦ ਪਰ ਗਰਵ ਹੈ ਵੀ ਯਾਰ ਕੁਦਰਤ ਨੇ ਹਮਾਰੇ ਐਸੀ ਜਗ੍ਹਾ ਪੈਦਾ ਕੀਤੀ ਹੈ ਜਿੱਤੇ ਦੇਖੋ ਚਾਰ ਕਿਨਾਰੇ ਨਜ਼ਾਰਾ ਵਿਖੋ ਜੀ इतनी बढ़िया बढ़िया पहाड़ी दिखो बर्फ का नजारा दिखो कई जगह जंगल है कई जगह शहर ही है चार किनारे ऐसे गाँव अच्छा, है अच्छा है करते रिपेयर भी करना सर पर बड़े साल बाद चार पांच साल बाद अगर कुछ टेंटिंग करने बहाली होनी चलती रही अच्छा हाँ जी अच्छा कभी ऐसा भी या कोई ऐसे लोग भी आए जिन्होंने ਆਏ ਹੁਣ ਤੋਂ ਸਾਡੀ ਨਜ਼ਰ ਵਿੱਚ ਜੀ ਹੈ ਬਈ ਬਿਲਕੁਲ ਬਿਲਕੁਲ ਸਾਰੀ ਤੇ ਮੂਵੀ ਸੂਟ ਹੋਈ ਦੀ ਮੂਵੀ ਬਣੇ ਦੀ ਜ਼ਿੰਦਗੀ ਤੇਰੇ ਨਾਮ ਕਾਫੀ ਹੀਰੋ ਹੀਰੋਇਨ ਪਬਲਿਕ ਕਾਫੀ ਹਲਚਲ ਮੰ ਲਗੇ ਜਲਦੀ ਫਲਦੀ ਜਗ ਹੈ ਵੀ ਜ਼ਿੰਦਗੀ ਤੇਰੇ ਨਾਮ ਇਹ ਫਿਲਮ ਬਣੀ ਦੀ ਹੈ ਬਿਲਕੁਲ ਸਰ ਜ਼ਿੰਦਗੀ ਤੇਰੇ ਨਾਮ ਅੱਛਾ ਤਾ ਫਿਰ ਇਸ ਦਾ ਮਤਲਬ ਇਹ ਹੈ ਕਿ ਕੁਦਰਤ ਦੇ ਜਿਹੜੀ ਖੂਬਸੂਰਤ ਇਹ ਹੈ ਗ੍ਰਾਂ ਹੈ ਜਿਹੜੀ ਜਗ੍ਹਾ ਹੈ ਇਸੇਰੇ ਵਿੱਚ ਇੱਕ ਤਾਂ ਜੀਆਂ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਤੁਸੀਂ ਦੱਸਿਆ ਕਿ ਤੁਸਾਂ ਦੀ ਜ਼ਮੀਨ ਵੀ ਹੈ ਤੁਸੀਂ ਆਲੂ ਵਗੈਰਾ ਵਗੈਰਾ ਵੀ ਲਗਾਉਂਦੇ ਹੋਰ ਉਸੇਰੇ ਇਲਾਵਾ ਤੁਸੀਂ ਮਤਲਬ ਇਹ ਵਾਲਾ ਜਿਹੜਾ ਇਹ ਵੀ ਤੁਸਾਂ ਦਾ ਪ੍ਰੋਫੈਸ਼ਨ ਹੈ ਹੈਨਾ ਹਾਂਜੀ ਬਹੁਤ ਖੂਬਸੂਰਤ ਹੈ ਜੀ ਗ੍ਰਾਂ ਠੀਕ ਹੈ ਆਪਣੇ ਕਿਆ ਬੋਲਦੇ ਇਸ ਕਲਾਵਾ ਵੀ ਥੋੜੀ ਜੈਸੀ ਤੁਸਾਂ ਦਾ ਕੁਝ ਜਾਣਕਾਰੀ ਲੈਣਾ ਚਾਹੰਗੇ ਅਸੀਂ ਹਾਂਜੀ ਅੱਛਾ ਲਓ ਇਹ ਗਾਈ ਕੁੰਨੀ ਨਹੀਂ ਤੇ ਬੰਨੀ ਰਹੀ ਤੇ ਮੇਰੀ ਨਹੀਂ ਸਰ ਤੁਸਰੀ ਨੇ ਹਾਂਜੀ ਅੱਛਾ ਇੱਤੇ ਕੀ ਜੋ ਇਹਨ ਬੰਨੀ ਰਹੀ ਇੱਤੇ ਸਰ ਧੁੱਪ ਠੀਕ ਹੁੰਦੀ ਬੜੀ ਅਲੱਗ ਲੱਗੇਦੀ ਗਨੇ ਤਾਂ ਪਾਣੀ ਪੂਣੀ ਪਿਲਾਣੇ ਠੀਕ ਰਹਿੰਦਾ ਹਮਾਰੇ ਕੁਲੀ ਜਗ੍ਹਾ ਰਿਸ਼ਤਾ ਗੱਤਾਂ ਦੀ ਬੰਨੇ ਵੀ ਅੱਛਾ ਠੀਕ ਹੈ ਯਾਰ ਲਓ ਅੱਜ ਦੇ ਵਲੌਗ ਵਿੱਚ ਤੂੰ ਬੜੀ ਅੱਛੀ ਜਾਣਕਾਰੀ ਦਿੱਤੀ ਥੈਂਕ ਯੂ ਭਈਆ ਮੈਂ ਚਲਦਾ ਆਵੇਂ ਰੁਕੋ ਸਰ ਮੈਂ ਹਲਸੋ ਪਛਾਣ ਲਿਆ ਤੁਸੀਂ ਗਾਣੇ ਗੁਣੇ ਗਾਉਂਦੇ ਨਾ ਇੱਕ ਗਾਣਾ ਮਿੰਝੋ ਵੀ ਸੁਣਾਇ ਜਾਓ ਅੱਛਾ ਹਾਂਜੀ ਚੱਲ ਯਾਰ ਤੂੰ ਬੋਲਦਾ ਤਾਂ ਸੁਣਾਉਂਦਾ ਬਈ ਇੱਕਦ ਲਾਈਨ ਚਲਿਏ ਆਪਕੇ ਲਈ ਮੈਂ ਦੋ ਲਾਈਨ ਗਾਤਾ ਹੂੰ ਚੰਬਾਵਾਰ ਕੀ ਨਦੀਆਂ ਪਾਰ आहोलाल रंगी ए, वो चंबा दो नदियाँ बिचकार आहोलाल रंगी ए, चंबा वार की नदियाँ पार आहोलाल रंगी ए। आज के ब्लॉग में इतना ही फिर मिलते हैं किसी नए विषय पर नई जगह पर अगर आपको वीडियो पसंद आई हो तो लाइक कमेंट व शेयर कर दीजिए और हिमचक्षु व्लॉग्स को सब्सक्राइब कर दीजिए धन्यवाद जय हिंद जय भारत जय हिमाचल